ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਕਿ ਉਹ ਕਲੇਮ ਲੈਣ ਤੋਂ ਡਰਦੇ ਨੇ ਜਾਂ ਉਹਨਾਂ ਨੂੰ ਹੁੰਦਾ ਵੀ ਉਹਨਾਂ ਦੀ ਜਾਂ ਤਾਂ ਇੰਸ਼ੋਰੈਂਸ ਵਧਾ ਦਿੱਤੀ ਜਾਊਗੀ ਜਾਂ ਉਹਨਾਂ ਦਾ ਭਾਵੇਂ ਫੋਲਟ ਨਾ ਵੀ ਹੋਵੇ ਬਟ ਉਹ ਐਜ਼ ਅ ਫੋਲਟ ਕੰਸੀਡਰਡ ਹੋਊਗਾ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਦੇ ਵਿੱਚ। ਸੋ ਇਹਦੇ ਬਾਰੇ ਮੈਨੂੰ ਥੋੜੀ ਜਿਹੀ ਹੋਰ ਤੁਸੀਂ ਡਿਟੇਲ ਦੇ ਵਿੱਚ ਦੱਸੋ ਸਰ ਕਿ ਜਿੱਦਾਂ ਕਿ ਵੀ ਨੋ ਦੈਟ ਕਿ ਜੋ ਇੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਐਵਰੇਜ ਇਨਕਮ ਆ ਦੈਟ ਇਜ਼ ਅਰਾਊਂਡ 23 ਤੋਂ 25,000 ਅ ਈਅਰ। ਸੋ ਜਿਨ ਇੰਨੀ ਕਿ ਉਹਨਾਂ ਦੀ ਇਨਕਮ ਨਹੀਂ ਹੁੰਦੀ ਬਟ ਉਹਨਾਂ ਜਦੋਂ ਉਹ ਇੰਸ਼ੋਰੈਂਸ ਲੈਣ ਜਾਂਦੇ ਨੇ ਸੋ ਉਹਨਾਂ ਨੂੰ ਪੋਸਟਲ ਕੋਡ ਦੇ ਰਾਹੀਂ ਬਹੁਤ ਐਕਸਪੈਂਸਿਵ ਇੰਸ਼ੋਰੈਂਸ ਮਿਲਦੀਆਂ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਮਾਲਟਨ ਏਰੀਆ ਦੀ ਜਾਂ ਬਰੈਂਪਟਨ ਏਰੀਆ ਦੀ। ਸੋ ਇਹਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਆਪਾਂ। ਰਾਕੀ ਮੈਂ ਇਹ ਕਹੂੰਗਾ ਕਿ ਅਗਰ ਤੁਹਾਡਾ ਜਿਹੜਾ ਐਕਸੀਡੈਂਟ ਹੈਗਾ ਇਹ ਨਾਟ ਐਟ ਫਾਲਟ ਆ ਜੀ ਤੁਹਾਡੀ ਇੰਸ਼ੋਰੈਂਸ ਵਧਣ ਦੇ ਕੋਈ ਚਾਂਸਸ ਨਹੀਂ ਗਏ। ਓਕੇ ਪਿਛਲੇ ਕਈ ਸਾਲਾਂ ਦੇ ਵਿੱਚ ਮੈਂ ਦੇਖਿਆ ਸੀਗਾ ਕਿ ਕੋਈ ਬ੍ਰੋਕਰ ਸੀਗੇ ਕਿ ਜਿਹੜੇ ਮਿਸਲੀਡਿੰਗ ਕਰ ਰਹੇ ਸੀਗੇ ਜੀ ਰੋਂਗ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਸੀ ਵਿਚਾਰਿਆਂ ਨੂੰ ਨਾਟ ਜਸਟ ਸਟੂਡੈਂਟ ਆਮ ਲੋਕ ਨੂੰ ਵੀ ਅਤੇ ਉਹਨਾਂ ਨੂੰ ਮੈਂ ਆਲਵੇ ਕਹਿੰਦਾ ਸੀ ਕਿ ਤੁਸੀਂ ਸੈਕਿੰਡ ਓਪੀਨੀਅਨ ਇੱਕ ਹੋਰ ਬ੍ਰੋਕਰ ਤੋਂ ਲਓ ਉਹਨਾਂ ਨੂੰ ਡਿਫਰੈਂਸ ਬੜਾ ਪਤਾ ਲੱਗਦਾ ਸੀਗਾ। ਫਿਰ ਆਪਣੀ ਗੱਲ ਆ ਜਾਂਦੀ ਹੈ ਜਿਵੇਂ ਕਿ ਹੁਣ ਸਟੂਡੈਂਟਸ ਦੀ ਕਹਿ ਦਿੰਦੇ ਹਾਂ ਸਭ ਤੋਂ ਨੰਬਰ 1 ਜਿਹੜਾ ਕੁਐਸਚਨ ਮੈਨੂੰ ਇਹ ਪੁੱਛਿਆ ਜਾਂਦਾ ਜੀ ਇਹਦੇ ਨਾਲ ਮੇਰੀ ਇਮੀਗ੍ਰੇਸ਼ਨ 'ਤੇ ਫਰਕ ਪੈ ਜਾਊਗਾ। ਐਗਜ਼ੈਕਟਲੀ ਨਹੀਂ ਜੀ ਇਹ ਇੱਕ ਸਿਵਲ ਕੇਸ ਹੈਗਾ ਆ ਸਿਵਲ ਮੈਟਰ ਹੈਗਾ ਆ ਇਸ ਨਾਲ ਕ੍ਰਿਮੀਨਲ ਤੁਸੀਂ ਆਪਣੇ ਹੱਕ ਦੀ ਕੋਈ ਚੀਜ਼ ਮੰਗਣ ਜਾ ਰਹੇ ਹੋ ਕੋਈ ਇਹਦੇ ਨਾਲ ਤੁਹਾਡੇ PR 'ਤੇ ਕੋਈ ਫਰਕ ਨਹੀਂ ਪੈਂਦਾ। ਕਾਫੀ ਸਾਡੇ ਕੋਲ ਕੇਸਿਸ ਆਉਂਦੇ ਨੇ ਈਵਨ ਕਿ ਸਲਿਪ ਐਂਡ ਫਾਲ ਦੇ ਵੀ ਆਉਂਦੇ ਨੇ ਘਰੇ ਜਿਵੇਂ ਰੈਂਟ 'ਤੇ ਰਹਿੰਦੇ ਨੇ ਸੱਟ ਲੱਗ ਗਈ ਆ ਪ੍ਰਾਈਮਸੀ ਉਹਦੇ ਨਾਲ ਤੁਹਾਡੇ PR 'ਤੇ ਕੋਈ ਫਰਕ ਨਹੀਂ ਪੈਣਾ। ਫਿਰ ਆ ਜਾਂਦੀ ਗੱਲ ਇਨਕਮ ਦੀ ਇਨ ਕੇਸ ਅਗਰ ਤੁਸੀਂ ਕਲੇਮ ਕਰਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਸ਼ਨਲ ਬੈਨੀਫਿਟਸ ਹੈਗੇ ਨੇ ਆਪਸ਼ਨਲ ਬੈਨੀਫਿਟ ਜਿਹੜਾ ਸਟੈਂਡਰਡ ਬੈਨੀਫਿਟ ਹੈਗਾ ਉਹ $400 ਪਰ ਵੀਕ ਦਾ ਆ। ਤੁਸੀਂ ਅਪ ਟੂ $1,000 ਤੱਕ ਕਰ ਸਕਦੇ ਹੋ ਤੁਹਾਨੂੰ ਆਪਸ਼ਨਲ ਉਹਦੇ ਪੇ ਕਰਨੇ ਪੈਣੇ ਨੇ ਅਤੇ ਉਹਨੂੰ ਕੈਲਕੂਲੇਟ ਇੱਦਾਂ ਕਰਦੇ ਨੇ ਕਿ ਜੋ ਤੁਹਾਡੀ ਗਰੋਸ ਹੈਗੀ ਆ ਜਾਂ ਤੋਂ ਪਹਿਲੇ ਪਿਛਲੇ 4 ਵੀਕਾਂ ਦੀ ਦੇਖਦੇ ਨੇ ਕਿ 4 ਵੀਕੇ ਤੁਹਾਡੀ ਗਰੋਸ ਸੀਗੀ ਕਿੰਨੀ ਉਹਦੇ ਬੇਸ ਦੇ ਉੱਤੇ ਤੁਹਾਨੂੰ ਉਹਨਾਂ ਨੇ 70% ਆਫ ਦ ਗਰੋਸ ਤੁਸੀਂ ਸਮਝੋ ਅਗਰ ਤੁਸੀਂ $100 ਲੈ ਕੇ ਆਉਂਦੇ ਸੀਗੇ ਤਾਂ ਤੁਹਾਨੂੰ $70 ਦੀ ਤੁਹਾਡੀ ਇੰਟਾਈਟਲਮੈਂਟ ਹੈ ਪਰ ਉਹਦਾ ਕੈਪ ਹੈਗਾ ਆ $400। ਠੀਕ ਹੈ ਅਤੇ ਉਹਨਾਂ ਨੇ ਆਪਸ਼ਨ ਇਸ ਕਰਕੇ ਦਿੱਤਾ ਹੋਇਆ ਆ ਕਿ $400 ਤੋਂ ਲੈ ਕੇ $1,000 ਤੱਕ ਕਿ ਕਾਰਨ ਇਹ ਆ ਕਿ ਕੋਈ ਇਨਸਾਨ ਇੱਕ $20,000 ਬਣਾ ਰਿਹਾ ਹੈ ਕੋਈ ਲੱਖ ਵੀ ਬਣਾ ਰਿਹਾ ਅਤੇ ਉਹਨਾਂ ਕੋਲ ਆਪਸ਼ਨ ਹੋਣੀ ਚਾਹੀਦੀ ਹੈ ਕਿ ਇਨ ਕੇਸ ਆਫ ਦੀ ਐਕਸੀਡੈਂਟ ਸਾਨੂੰ ਅਗਰ ਮੈਂ ਕੰਮ ਨਹੀਂ ਕਰ ਪਾ ਰਿਹਾ ਮੈਨੂੰ ਇਸ ਆਹ ਜਿਹੜੀ ਆਪਸ਼ਨ ਮੇਰੀ ਅਵੇਲੇਬਲ ਹੈਗੀ ਆ ਉਹਦੇ ਨਾਲ ਮੇਰਾ ਜਿਹੜਾ ਘਰ ਦਾ ਖਰਚਾ ਜਿਹੜਾ ਆ ਸਹੂਲੀਅਤ ਆ ਸਕਦੀ ਆ। ਅਤੇ ਦੂਸਰਾ ਕੁਐਸਚਨ ਬੜਾ ਆਉਂਦਾ ਆ ਕਿ ਮੈਂ ਕਲੇਮ ਕੀਤਾ ਅਤੇ ਮੈਨੂੰ ਪੈਸੇ ਕਦ ਮਿਲਣੇ ਨੇ ਜੀ। ਦੇਖੋ ਮੈਂ ਆਲਵੇਜ਼ ਕਹਿੰਦਾ ਹੈ ਕਿ ਦੇਖੋ ਜ਼ਿੰਦਗੀ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਚੀਜ਼ ਸੌਖੀ ਮਿਲ ਜਾਵੇ ਨਾ ਯੂਨੀਅਨ ਤਾਂ ਨਾ ਵਕੀਲਾਂ ਦਾ ਤਾਂ ਨਾ ਪੈਰਾਲੀਗਲਾਂ ਦੀ ਕਦੇ ਲੋੜ ਨਹੀਂ ਹੋਣੀ ਜੀ। ਇਸ ਐਪਲੀਕੇਸ਼ਨ ਪ੍ਰੋਸੈਸ ਹੈਗਾ ਆ ਇਹ ਕੈਨ ਟੇਕ 4 ਤੋਂ 8 ਵੀਕਾਂ ਲੱਗ ਜਾਂਦੀਆਂ ਨੇ ਪਹਿਲਾਂ ਚੈੱਕ ਹੋਣ ਨੂੰ ਜੀ। ਦੇਖੋ ਜਾਤੀ ਇੰਸ਼ੋਰੈਂਸ ਕੰਪਨੀ ਨੂੰ ਇਨਫ ਮੈਡੀਕਲ ਐਵੀਡੈਂਸ ਨਹੀਂ ਜਾਣੇ ਕਿ ਤੁਸੀਂ ਕੰਮ 'ਤੇ ਨਹੀਂ ਜਾ ਪਾ ਰਹੇ ਹੋ ਫਿਰ ਵੈਰੀਫਿਕੇਸ਼ਨ ਆਫ ਤੁਹਾਡੀ ਇੰਪਲੋਇਮੈਂਟ ਵੈਰੀਫਿਕੇਸ਼ਨ ਆਫ ਯੂਰ ਇਨਕਮ। ਕਈ ਮੇਰੇ ਭਰਾ ਹੈਗੇ ਨੇ ਭੈਣ ਭਰਾ ਉਹ ਸੈਲਫ ਇੰਪਲੋਇਡ ਨੇ ਹੁਣ ਸੈਲਫ ਇੰਪਲੋਇਡ ਦੇ ਜਿਹੜੇ ਹੈਗੇ ਕਿ ਲਾਸਟ 2 ਸਾਲ ਦੇ ਨੋਟਿਸ ਆਫ ਅਸੈਸਮੈਂਟ ਤੁਹਾਡੇ T1 ਜਨਰਲ ਚਾਹੀਦੇ ਨੇ। ਸੋ ਇਹ ਗੈਰ ਕੰਪਲੀਕੇਟਡ ਹਰ ਕੇਸ ਜਿਹੜਾ ਹੈਗਾ ਆ ਠੀਕ ਹੈ ਜਿਹੜਾ ਬੇਸਿਕਸ ਹੈਗੇ ਸੇਮ ਆ ਇਨਫੋਰਮੇਸ਼ਨ ਬਟ ਹਰੇਕ ਦਾ ਜਿਹੜਾ ਕਲੇਮ ਹੈ ਉਹ ਡਿਫਰੈਂਟ ਤਰੀਕੇ ਨਾਲ ਫਾਈਲ ਕੀਤਾ ਜਾਂਦਾ ਕਿਉਂਕਿ ਫਿਰ ਜਿਵੇਂ ਕਿ ਗੱਲ ਕੀਤੀ ਸੀ ਕਿ 2010 ਤੋਂ ਪਹਿਲੇ ਤੁਸੀਂ ਕੇਅਰ ਗਿਵਰ ਅਪਲਾਈ ਕਰ ਸਕਦੇ ਹੋ ਜੀ। ਅਪਲਾਈ ਤੁਸੀਂ ਹੁਣ ਵੀ ਕਰ ਸਕਦੇ ਹੋ ਤੁਹਾਡੇ ਕੋਲ ਆਪਸ਼ਨ ਹੈ ਈਦਰ ਦੀ ਇਨਕਮ ਰਿਪਲੇਸਮੈਂਟ ਔਰ ਦ ਕੇਅਰ ਗਿਵਰ ਪਰ ਤੁਹਾਡੇ ਕੋਲ ਆਪਸ਼ਨਲ ਬੈਨੀਫਿਟ ਬਾਏ ਕੀਤੇ ਹੋਣੇ ਚਾਹੀਦੇ ਨੇ ਜੀ। ਠੀਕ ਨਹੀਂ ਫਿਰ ਇੱਕ ਥੋੜ੍ਹਾ ਜਿਹਾ ਕੰਪਲੀਕੇਟਡ ਜਿਹੜਾ ਕੁਐਸਚਨ ਇਹ ਆ ਜਾਂਦਾ ਹੈ ਕਿ ਮੈਂ ਆਲਰੇਡੀ ਇਹ ਕੇਸਿਸ ਕੀਤੇ ਹੋਏ ਨੇ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਮਝੋ ਕਿ ਤੁਹਾਡਾ ਐਕਸੀਡੈਂਟ ਜਿਹੜਾ ਆ ਆਊਟ ਆਫ ਪ੍ਰੋਵਿੰਸ ਹੋ ਗਿਆ ਮੈਂ ਕਹਿੰਦਾ ਨਿਊਯਾਰਕ 'ਚ ਹੋ ਗਿਆ ਜਾਂ ਰਾਈਟ ਮਿਸ਼ੀਗਨ ਹੁਣ ਮਿਸ਼ੀਗਨ ਦੇ ਵਿੱਚ ਉਹ ਚੀਜ਼ ਹੈ ਨਹੀਂ ਕਿ ਤੁਹਾਡੇ ਕੋਲ ਆਪਸ਼ਨਸ ਹੈਗੇ ਨੇ ਬੈਨੀਫਿਟ ਲੈਣ ਵਾਸਤੇ। ਉੱਥੇ ਪੁਰਾਣੇ ਤਰੀਕੇ ਜਿੱਦਾਂ ਸਾਡੇ ਇੱਥੇ ਪਾਲਿਸੀਆਂ ਹੁੰਦੀਆਂ ਸੀਗੀ ਕਿ ਤੁਹਾਡੇ A ਜਾਂ B ਦਾ ਸੈਟ ਦਿਸ ਨੋ ਥਰਡ ਥਿੰਗ ਉਹਦੇ 'ਚ ਆਰਗੂਮੈਂਟ ਇਹ ਹੁੰਦੀ ਹੈ ਕਿ ਅਸੀਂ ਜਦੋਂ ਕਵਰੇਜ ਲੈਂਦੇ ਹਾਂ ਸਾਨੂੰ ਆਪਸ਼ਨ ਅਪਲਾਈ ਦਿੱਤੀ ਗਈ ਸੀਗੀ ਕਿ ਮੈਂ ਆਪਸ਼ਨਲ ਬੈਨੀਫਿਟ ਲੈ ਸਕਦਾ ਨਹੀਂ ਲੈ ਸਕਦਾ ਫਿਰ ਉੱਥੇ ਜਿਹੜਾ ਆ ਪੁਰਾਣਾ ਕੇਸ ਲਾ ਜਿਹੜਾ ਪੁਰਾਣਾ ਲਾ ਯੂਜ਼ ਹੁੰਦਾ ਆ ਤੇ ਅਸੀਂ ਫਿਰ ਉੱਥੇ ਕਲਾਇੰਟ ਵਾਸਤੇ ਉਹ ਪੁਰਾਣੇ ਜਿਹੜੇ ਕਿ ਲਾਅ ਹੈਗਾ ਉਹਦੇ ਬੇਸ 'ਤੇ ਅਸੀਂ ਫਾਈਟ ਕਰਦੇ ਹਾਂ ਕਿ ਕਲਾਇੰਟ ਨੂੰ ਕੋਈ ਆਪਸ਼ਨ ਨਹੀਂ ਦਿੱਤੀ ਗਈ ਸੀ ਕਿ ਤੁਹਾਡੇ ਕੋਲ ਆਪਸ਼ਨ ਬੈਨੀਫਿਟ ਅਵੇਲੇਬਲ ਹੈ ਜਾਂ ਨਹੀਂ ਜੀ। ਸੋ ਉਹਦੇ ਨੰਬਰ ਆਫ ਡਿਫਰੈਂਟ ਟੈਕਨੀਕਲ ਥਿੰਗਸ ਹੈਗੀਆਂ ਨੇ। ਮੈਂ ਆਲਵੇਜ਼ ਜਦੋਂ ਵੀ ਰੇਡੀਓ 'ਤੇ ਵੀ ਗੱਲ ਹੁੰਦੀ ਹੈ ਕਿ ਸਾਡੀ ਕੰਸਲਟੇਸ਼ਨ ਬਿਲਕੁਲ ਫ੍ਰੀ ਆ, ਉਹਦੇ ਨਾਲ ਨੌਲੇਜ ਬੰਦੇ ਨੂੰ ਮਿਲ ਜਾਂਦੀ ਆ, ਡਿਸੀਜਨ ਬਣਾਉਣਾ ਸੌਖਾ ਹੋ ਜਾਂਦਾ, ਫਿਰ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਅਸੀਂ ਕੇਸ ਨੂੰ ਫਾਰਵਰਡ ਕਿੱਦਾਂ ਕਰਨਾ ਜੀ। ਅਸੀਂ ਜਿਹੜੀ ਮੇਨ ਇਸ ਫੀਲਡ ਦੇ ਵਿੱਚ ਹੈਗਾ ਆ ਕਿ ਜਿਹੜੀ ਫੀਸ ਹੈਗੀ ਉਹ ਹੈਗੀ ਹੈ ਪਰਸੈਂਟੇਜ ਬੇਸ ਹੈ, ਸੋ ਕੰਟੀਨਜੈਂਸੀ ਬੇਸ। ਅਗਰ ਕੰਮ ਕਰਦੇ ਹਾਂ, ਪੈਸੇ ਦਵਾਉਂਦੇ ਹਾਂ ਤਾਂ ਆ ਜੀ ਜੀ। ਅਤੇ ਅਸੀਂ ਆਲਵੇਜ਼ ਮੇਰੀ ਇਹ ਟਰਾਈ ਹੁੰਦੀ ਹੈ ਕਿ ਕਲੀਅਰ ਕੱਟ ਦੱਸੋ ਕਲਾਇੰਟ ਨੂੰ, ਬਿਲਕੁਲ ਉਹਨਾਂ ਦੀ ਐਕਸਪੈਕਟੇਸ਼ਨ ਹੈ ਰੀਅਲ ਤੁਸੀਂ ਕਰ ਸਕਦੇ ਹੋ ਕਿ ਜਿੰਨੀ ਕੁ ਅਸਲੀਅਤ ਹੋਣੀ ਚਾਹੀਦੀ ਆ, ਕਿਉਂਕਿ ਕਲਾਇੰਟ ਅਗਰ ਖੁਸ਼ ਆ, ਕਲਾਇੰਟ ਨੂੰ ਕੁਛ ਮਿਲਦਾ ਤਾਂ ਹੀ ਸਾਨੂੰ ਐਟ ਐਂਡ ਮਿਲਣਾ ਜੀ। ਸੋ ਜਿੱਦਾਂ ਕਿ ਹੁਣੇ ਸਾਨੂੰ ਬੋਬੀ ਟੋਟੋਨਾ ਨੇ ਦੱਸਿਆ ਵੀ ਆਊਟ ਆਫ ਜੇ ਤੁਸੀਂ ਕੰਟਰੀ ਵੀ ਹੋ ਤੇ ਉਹਦੇ ਵੀ ਉਹ ਤੁਹਾਨੂੰ ਬੈਨੀਫਿਟਸ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਦੇ